हाँ जी, बहुत ही 4561 सिलेक्टेड साथीओ, सबनों प्यार भरी सत श्री अकाल साथीओ। अज 4561 मास्टर केडर यूनियन वालों आपां डिपार्टमेंट आए हुए सीगे, ते जिहदे विच आपणे अज मुख मुद्दे जिहड़े सीगे, इक तां साइंस मैथ की जिहड़ी ज्वाइनिंग है उस नूं लैके, वेटिंग नूं लैके, और उस तों बाद 25% वाला जिहड़ा इशू आ उहनूं लैके अज अपनी इत्थे विभाग दे विच आला अधिकारियों नाल जिहड़ी मीटिंग आ साथीओ वो अपनी हुई है। सब तो पहला तो मैं साढ़े जिहड़े 4 सब्जेक्ट के साथी ने, अज इंग्लिश वाले साथी ने जिहड़े स्कूलों के ज्वाइन कर रहे हैं, उन्होंने बहुत बहुत मुबारक कि वो अपने जिंदगी का एक नवा सफर आ जिहड़ा स्कूलों के शुरू कर रहे हैं साथीओ। तो साथीओ हुण गल करिए आपां अज साइंस मैथ के इशू नूं लैके, पहला आपां गलबात कर लीए कि साइंस मैथ की जिहड़ी रोस्टर लिस्ट हैगी जां उन्हां दी जिहड़ी स्कूलों में ज्वाइनिंग है वह पेंडिंग चल रही है साथीओ। ਤਾਂ ਉਸ ਸੰਬੰਧ ਦੇ ਵਿੱਚ ਅਸੀਂ ਅੱਜ ਇੱਥੇ ਗੱਲਬਾਤ ਕੀਤੀ ਹੈ, ਤਾਂ ਗੱਲਬਾਤ ਦੇ ਵਿੱਚ ਸਾਨੂੰ ਪੂਰਾ ਇਹ ਗੱਲ ਦਾ ਭਰੋਸਾ ਦਿੱਤਾ ਗਾ ਕਿ ਇਸੇ ਹਫ਼ਤੇ ਜਿਹੜਾ ਹੈਗਾ ਗਾ ਸਾਇੰਸ ਮੈਥ ਦਾ ਜਿਹੜਾ ਪ੍ਰੋਸੈਸ ਆ ਉਹ ਕੰਪਲੀਟ ਹੋ ਜੂਗਾ, ਪ੍ਰੋਸੈਸ ਕੰਪਲੀਟ ਹੋ ਜੂਗਾ, ਔਰ ਜਿਹੜਾ ਰੋਸਟਰ ਲਿਸਟ ਜਾਂ ਜਿਹੜਾ ਨੋਟੀਫਿਕੇਸ਼ਨ ਆਉਣਾ, ਉਮੀਦ ਆ ਵੀ 1-2 ਦਿਨ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਨੋਟਿਸ ਆ ਜਿਹੜਾ ਉਹ ਸਟੇਸ਼ਨ ਅਲਾਟਮੈਂਟ ਨੂੰ ਲੈ ਕੇ ਉਹ ਪੈ ਜਾਣਾ ਸਾਥੀਓ। ਅਤੇ ਜਿਹੜੀ ਕਿ ਗੱਲ ਪਹਿਲਾਂ ਹੁੰਦੀ ਸੀਗੀ ਕਿ ਸ਼ਾਇਦ ਕੋਈ ਅੜਿੱਕਾ ਪਿਆ ਹੋਇਆ ਗਾ, ਕੋਈ ਕੋਰਟ ਕੇਸ ਵਾਲਾ ਅੜਿੱਕਾ, ਤਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਜੋ ਮੇਨ ਦਿੱਕਤ ਕਰਕੇ ਇਹ ਜਿਹੜਾ ਸਾਇੰਸ ਮੈਥ ਵਾਲਾ ਰੁਕਿਆ ਹੋਇਆ ਸੀਗਾ, ਉਹਦਾ ਮੇਨ ਕਾਰਨ ਸੀਗਾ ਸਾਥੀ ਉਹ ਵੈਕੈਂਟ ਪੋਸਟਾਂ ਦਾ ਲੈ ਕੇ, ਕਿਉਂਕਿ ਪਿਛਲੀ ਵਾਰੀ ਵੀ ਤੁਹਾਨੂੰ ਅਸੀਂ ਇਹ ਜਾਣਕਾਰੀ ਦਿੱਤੀ ਸੀ, ਤਾਂ ਅੱਜ ਪੋਜ਼ਿਟਿਵ ਨਿਊਜ਼ ਇਹ ਮਿਲੀ ਹੈ ਇੱਥੋਂ ਕਿ ਜਿਹੜਾ ਉਹ ਇਸ਼ੂ ਸੀਗਾ ਵੈਕੈਂਟ ਪੋਸਟਾਂ ਵਾਲਾ, ਕਿਉਂਕਿ ਸਾਇੰਸ ਮੈਥ ਕੇਡਰ ਨੂੰ ਜਿੱਥੇ ਜਿੱਥੇ ਸਕੂਲਾਂ ਦੇ ਵਿੱਚ ਭੇਜਣਾ ਉੱਥੇ ਜੋ ਸਟੇਸ਼ਨ ਨੂੰ ਲੈ ਕੇ ਥੋੜ੍ਹੀ ਦਿੱਕਤ ਆ ਰਹੀ ਸੀਗੀ, ਤਾਂ ਉਹ ਪੂਰੀ ਤਰ੍ਹਾਂ ਸੋਲਵ ਆ ਜਿਹੜੀ ਇਹਨਾਂ ਇੱਥੋਂ ਹੋ ਚੁੱਕੀ ਹੈਗੀ ਜਿਹੜੀ ਸਟੇਸ਼ਨ ਨੂੰ ਲੈ ਕੇ, ਕਿਉਂਕਿ ਜਿਹੜੀ ਇਹ ਮੇਨ ਹਰਡਲ ਸੀਗੀ ਜਿਹਦੇ ਕਰਕੇ ਇਹ ਜੁਆਇਨਿੰਗ ਆ ਜਿਹੜੀ ਜਾਂ ਪ੍ਰੋਸੈਸ ਆ ਜਿਹੜਾ ਰੁਕਿਆ ਹੋਇਆ ਸੀ, ਤਾਂ ਹੁਣ 1-2 ਦਿਨਾਂ ਦੇ ਵਿੱਚ ਹੀ ਉਮੀਦ ਆ ਕਿ ਇਹਦਾ ਨੋਟਿਸ ਆ ਜਿਹੜਾ ਉਹ ਪੈ ਜੂਗਾ, ਔਰ ਇਸੇ ਹਫ਼ਤੇ ਸਾਇੰਸ ਮੈਥ ਦਾ ਜਿਹੜਾ ਪ੍ਰੋਸੈਸ ਆ ਉਹ ਕੰਪਲੀਟ ਹੋ ਕੇ ਬਹੁਤ ਛੇਤੀ ਸਾਡੇ ਸਾਇੰਸ ਮੈਥ ਵਾਲੇ ਜਿਹੜੇ ਸਾਥੀ ਨੇ ਉਹ ਵੀ ਸਕੂਲਾਂ ਦੇ ਵਿੱਚ ਜਿਹੜੇ ਉਹ ਚਲੇ ਜਾਣਗੇ ਸਾਥੀਓ। ਸੋ ਬਿਲਕੁਲ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਅਤੇ ਦੂਸਰੀ ਗੱਲ ਸਾਥੀਓ ਵੇਟਿੰਗ ਲਿਸਟਾਂ ਵਾਲੀ, ਬਹੁਤ ਬੇਸਬਰੀ ਨਾਲ ਇੰਤਜ਼ਾਰ ਆ ਵੇਟਿੰਗ ਵਾਲੇ ਸਾਥੀਆਂ ਨੂੰ ਕਿ ਕਦੋਂ ਵੇਟਿੰਗ ਲਿਸਟਾਂ ਨੇ ਜਿਹੜੀਆਂ ਕਲੀਅਰ ਹੋਣਗੀਆਂ। ਤਾਂ ਸਾਥੀਓ ਪਿਛਲੇ ਸਮਿਆਂ ਦੇ ਦੌਰਾਨ ਵੀ ਇਹ ਗੱਲ ਸਪਸ਼ਟ ਕੀਤੀ ਅਤੇ ਅੱਜ ਵੀ ਆਪਣੀ ਇਸ ਵਿਸ਼ੇ ਨੂੰ ਲੈ ਕੇ ਜਿਹੜੀ ਗੱਲ ਹੋਈ ਆ, ਤਾਂ ਸਾਥੀਓ ਦੇਖੋ ਫਸਟ ਰਾਊਂਡ ਆ ਜਿਹੜਾ ਉਹ ਚੱਲ ਰਿਹਾ ਗਾ, ਆਪਾਂ ਨੂੰ ਸਭ ਨੂੰ ਪਤਾ ਗਾ ਫਸਟ ਰਾਊਂਡ ਆ ਜਿਹੜਾ ਉਹ ਆਪਣਾ ਚੱਲ ਰਿਹਾ। ਫਸਟ ਰਾਊਂਡ ਦੇ ਵਿੱਚ 4 ਸਬਜੈਕਟ ਨੇ ਜਿਹੜੇ ਕੰਪਲੀਟ ਹੋ ਚੁੱਕੇ ਨੇ, 2 ਸਬਜੈਕਟ ਨੇ ਜਿਹੜੇ ਬਹੁਤ ਛੇਤੀ ਕੰਪਲੀਟ ਹੋ ਜਾਣਗੇ ਸਾਥੀਓ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਜੋ ਜੋ ਆਪਣੇ ਸਾਥੀ ਜੁਆਇਨ ਕਰਕੇ ਜਾਂ ਜਿਹੜੇ ਸਾਥੀਆਂ ਨੇ ਜੁਆਇਨ ਨਹੀਂ ਕੀਤਾ, ਉਹਨਾਂ ਦਾ ਡੇਟਾ ਜਿਹੜਾ ਹੈਗਾ ਸਕੂਲ ਵਾਈਜ਼ ਆ ਜਿਹੜਾ ਉਹ ਬਹੁਤ ਛੇਤੀ ਕਲੈਕਟ ਕਰ ਲਿਆ ਜਾਊਗਾ ਡਿਪਾਰਟਮੈਂਟ ਵੱਲੋਂ। ਡੇਟਾ ਕਲੈਕਟ ਕਰਨ ਤੋਂ ਬਾਅਦ ਜਿਵੇਂ ਜਿਵੇਂ ਵੈਕੈਂਟ ਸੀਟਸ ਹੋਣਗੀਆਂ, ਉਸ ਹਿਸਾਬ ਨਾਲ ਜਿਹੜਾ ਹੈਗਾ ਆਪਣੀ ਸੈਕਿੰਡ ਲਿਸਟ ਆ ਜਿਹੜੀ ਉਹ ਰਿਲੀਜ਼ ਹੋ ਜੂਗੀ ਸਾਥੀਓ। ਅਤੇ ਇਹਦੇ ਵਿੱਚ ਸਾਥੀਓ ਇਹ ਹੈਗਾ ਕਿ ਇਹਨੂੰ ਪ੍ਰੋਸੈਸ ਨੂੰ ਜਿਹੜਾ ਹੈਗਾ ਟਾਈਮ ਲੱਗ ਰਿਹਾ ਗਾ। ਕਿਉਂ ਲੱਗ ਰਿਹਾ ਗਾ? ਕਿਉਂਕਿ ਪੰਜਾਬ ਕੁਛ ਪ੍ਰਸਥਿਤੀਆਂ ਇਸ ਤਰ੍ਹਾਂ ਦੀਆਂ ਬਣੀਆਂ ਨੇ, ਵਿੱਚ ਇੱਕ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਗਏ ਸੀਗੇ, ਨੰਬਰ 2 'ਤੇ ਇੱਕ ਸਟ੍ਰਾਈਕ ਵਾਲਾ ਵੀ ਇਸ਼ੂ, ਤੁਹਾਨੂੰ ਪਤਾ ਕਿ ਸਟ੍ਰਾਈਕ ਹੋ ਗਈ ਸੀਗੀ, ਤਾਂ ਇਹਨਾਂ ਚੀਜ਼ਾਂ ਕਰਕੇ ਜਿਹੜਾ ਡਿਲੇ ਆ ਉਹ ਹੋ ਗਿਆ, ਨਹੀਂ ਇਹ ਡਿਲੇ ਨਹੀਂ ਹੋਣਾ ਸੀਗਾ। ਤਾਂ ਸਾਥੀਓ ਇਹ ਚੀਜ਼ਾਂ ਨੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ। ਔਰ ਅਗਲੀ ਗੱਲ ਸਾਥੀਓ, ਡੇਟਾ ਕਲੈਕਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਹੋ ਸਕਦਾ 1 ਜਾਂ 2 ਮੌਕੇ ਨੇ ਜਿਹੜੇ ਸਾਥੀਓ ਉਹ ਜਿਹੜੇ ਸਾਥੀ ਸਾਡੇ ਹੁਣ ਜੁਆਇਨ ਨਹੀਂ ਕਰਨਗੇ, ਲੀਗਲੀ ਤੌਰ 'ਤੇ ਉਹਨਾਂ ਨੂੰ ਦੇਣੇ ਪੈਂਦੇ ਨੇ ਸਾਥੀਓ। ਹੋ ਸਕਦਾ ਉਹਨਾਂ ਨੂੰ 1 ਜਾਂ 2 ਮੌਕੇ ਨੇ ਜਿਹੜੇ ਉਹ ਵੀ ਜਿਹੜੀ ਹੈਗੀ ਆ ਫੋਰਮੈਲਿਟੀ ਕਰਨੀ ਪਊਗੀ, ਅਤੇ ਉਸ ਤੋਂ ਬਾਅਦ ਸੈਕਿੰਡ ਲਿਸਟ ਆ ਜਿਹੜੀ ਬਹੁਤ ਛੇਤੀ ਜਿਹੜੀ ਰਿਲੀਜ਼ ਆ ਜਿਹੜੀ ਉਹ ਹੋਊਗੀ ਸਾਥੀਓ। ਔਰ ਤੀਜਾ ਜਿਹੜਾ ਆਪਣਾ ਪੁਆਇੰਟ ਸੀਗਾ 25% ਨੂੰ ਲੈ ਕੇ, ਇਹਦੇ ਬਾਰੇ ਵੀ ਅੱਜ ਜਿਹੜੀ ਗੱਲਬਾਤ ਹੈਗੀ ਵਿਭਾਗ ਦੇ ਵਿੱਚ ਹੋਈ ਆ, ਤਾਂ ਜਿੱਥੋਂ ਬਹੁਤ ਹੀ ਪੋਜ਼ਿਟਿਵ ਨਿਊਜ਼ ਸੁਣਨ ਨੂੰ ਮਿਲੀ ਆ ਆਪਾਂ ਨੂੰ 25% ਦੇ ਬਾਰੇ, ਉਹ ਇਹ ਨਿਊਜ਼ ਮਿਲੀ ਆ ਕਿ ਡਿਪਾਰਟਮੈਂਟ ਵੱਲੋਂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਕੋਸ਼ਿਸ਼ ਆ ਜਿਹੜੀ ਕੀਤੀ ਜਾ ਰਹੀ ਆ ਕਿ 25% ਵਾਲਾ ਜਿਹੜਾ ਇਸ਼ੂ ਆ ਉਹਨੂੰ ਸੋਲਵ ਕੀਤਾ ਜਾਵੇ। ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ ਕਿ 25% ਵਾਲਾ ਜੋ ਇਸ਼ੂ ਆਪਣਾ ਚੱਲ ਰਿਹਾ ਸੀ ਵੇਟਿੰਗ ਦਾ, ਡਿਪਾਰਟਮੈਂਟ ਵਿੱਚੋਂ ਆਪਾਂ ਨੂੰ ਇਹੀ ਪੋਜ਼ਿਟਿਵ ਨਿਊਜ਼ ਮਿਲੀ ਆ ਕਿ ਪੂਰੀ ਕੋਸ਼ਿਸ਼ ਆ ਜਿਹੜੀ ਉਹ ਚੱਲ ਰਹੀ ਆ ਕਿ 25% ਵਾਲਾ ਇਸ਼ੂ ਆ ਜਿਹੜਾ ਉਸਨੂੰ ਸੋਲਵ ਕੀਤਾ ਜਾਵੇ। ਮੈਂ ਪਹਿਲੇ ਦਿਨ ਤੋਂ ਹੀ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਆਪਾਂ ਗੱਲਬਾਤ ਦੇ ਜ਼ਰੀਏ ਇਸ ਮੁੱਦੇ ਨੂੰ ਹੱਲ ਕਰਵਾ ਸਕਦੇ ਹਾਂ, ਨਹੀਂ ਫਿਰ ਕਿਉਂਕਿ ਸਾਡੇ ਜਿਹੜੇ ਵੱਖ ਵੱਖ ਸਾਥੀ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਹੋਰ ਉਹਨਾਂ ਕੋਲ ਆਪਸ਼ਨ ਹੈਗੇ ਨੇ, ਉਹ ਆਪਣੇ ਆਪਸ਼ਨ ਆ ਜਿਹੜੇ ਉਹ ਵਰਤ ਸਕਦੇ ਨੇ। ਤਾਂ
उम्मीद है कि 25% वाला जो इशू आ बहुत छेती जो है वो सोल्व होगा। उम्मीद आ अज आप इतों पॉजिटिव जी पॉजिटिविटी मिली आ। हाँ जिस दिन आप कोई नैगेटिव न्यूज़ मिलू तो उस टाइप की असी वो भी कन्वे कर देंगे, क्योंकि पिछले समय के दौरान आपां नूं कोई ज़्यादा जिहड़ा पॉजिटिव हंगारा वो नहीं मिलिया सीगा, थोड़ा बहुत आश्वासना जिहड़ा वो मिलता सीगा, जां मतलब कि यह गल हुंदी सीगी कि अकॉर्डिंग टू रूल जिवें सानूं ऑर्डर आए ने जां जिवें जिहड़े हिसाब नाल जिहड़ा चल रहा है भी उस तरीके नाल ही होगा। तां बहुत छेती जिहड़ा अपना एक गल स्पष्ट आ तय आ कि अगस्त महीने दे विच पूरी 41 कार्ड की जिहड़ी भर्ती आ कंप्लीट होण दी उम्मीद आ, क्योंकि साथीओ 41 कार्ड भर्ती नूं आपां कंप्लीट उदों ही मन्नांगे जदों इहदी एक एक सीट आ जिहड़ी साथी उह भरी जाऊगी, क्योंकि वड्डा जिहड़ा मेन प्रोसैस सीगा फस्ट लिस्ट वाला वह लगभग कंप्लीट हो चुकिया गा, छेती साइंस मैथ का भी हो जाना, उस तो बाद वेटिंग लिस्टा का भी क्लीयर हो जाना और अपनी कोशिश आ कि एक एक सीट आ जिहड़ी वह आपां भरवाई जाए, क्योंकि बहुत सारे साथी ने जिहड़े ज्वाइनिंग लैटर लैके भी बाहर हो गए सीगे ते हुण बहुत सारे साथी उह वेटिंग दे विच बैठे ने साथीओ। सो इन्नी एक गल्लां जिहड़ी जानकारी सीगी अज इत्थों मिली सीगी जिहड़ी कि तुहानूं तुहाडे नाल सांझी कर दित्ती गई है साथीओ, तुहाडा बहुत बहुत धन्नवाद। जय जनता, जय संघर्ष, जित।